ਜੂਨ 1984 ਆਪਰੇਸ਼ਨ ਬਲੂ ਸਟਾਰ। ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ। ਦੇਖੋ ਸਾਡੀ ਵਿਸ਼ੇਸ਼ ਲੜੀ 'ਚ ਆਪਰੇਸ਼ਨ ਬਲੂ ਸਟਾਰ ਅਨਕਹੀ ਦਾਸਤਾਨ। ਉਧਰ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਡਾਕਟਰਾਂ ਨੂੰ ਹੜਤਾਲ ਖਤਮ ਕਰਨ ਦੀ ਮੁੜ ਤੋਂ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਡਾਕਟਰ ਮਰੀਜ਼ਾਂ ਨਾਲ ਇਨਸਾਫ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਜੇਕਰ ਕੋਈ ਮਸਲਾ ਹੈ ਤਾਂ ਗੱਲਬਾਤ ਨਾਲ ਵੀ ਸੁਲਝ ਸਕਦਾ ਹੈ। ਗੈਰ ਕਾਨੂੰਨੀ ਹੈ ਔਰ ਜੋ ਉਹਨਾਂ ਦੇ ਮੈਡੀਕਲ ਐਥਿਕਸ ਹੈ ਉਹਨਾਂ ਦੇ ਵਿਰੁੱਧ ਹੈ। ਡਾਕਟਰਾਂ ਦੀ ਜ਼ਿੰਮੇਦਾਰੀ ਹੈ ਮਰੀਜ਼ ਨੂੰ ਦੇਖਣ, ਉਹਨੂੰ ਦਵਾ ਦੇਣ, ਉਹਨਾਂ ਦੀ ਗੱਲ ਸੁਣਨ, ਉਹਨਾਂ ਨੂੰ ਹਰ ਤਰ੍ਹਾਂ ਦਾ ਇਲਾਜ ਦੇਣ। ਔਰ ਅਗਰ ਨਹੀਂ ਇਲਾਜ ਦਿੰਦੇ ਉਹਨਾਂ ਦੇ ਲੋਕ ਉਹਨਾਂ ਦੇ ਖਿਲਾਫ਼ ਹੋਣਗੇ, ਕਿਉਂਕਿ ਅਸੀਂ ਗਰੀਬ ਆਦਮੀ ਵਾਸਤੇ ਹਸਪਤਾਲ ਖੋਲ੍ਹਿਆ। ਅਮੀਰ ਆਦਮੀ ਜਾ ਕੇ ਸਰਕਾਰੀ ਹਸਪਤਾਲ 'ਚ ਆਉਂਦਾ ਵੀ ਨਹੀਂ, ਉੱਥੇ ਜਾ ਕੇ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾਉਂਦਾ। ਔਰ ਇਹ ਗਰੀਬਾਂ ਦੇ ਹਿੱਤ ਦੇ ਖਿਲਾਫ਼ ਹੈ ਡਾਕਟਰਾਂ ਦੀ ਹੜਤਾਲ। ਔਰ ਮੈਂ ਡਾਕਟਰਾਂ ਨੂੰ ਹੁਣ ਵੀ ਬੇਨਤੀ ਕਰਦਾ ਕਿ ਉਹ ਆਪਣੇ ਕੰਮ 'ਤੇ ਵਾਪਸ ਆਉਣ ਔਰ ਸਰਕਾਰ ਦੀ ਨੀਤੀਆਂ ਦੇ ਅਨੁਸਾਰ ਲੋਕਾਂ ਨੂੰ ਦਵਾਈ ਦੇਣ। ਦਵਾਈਆਂ ਹਸਪਤਾਲ 'ਚ ਪਈਆਂ, ਸਾਰੀਆਂ ਸੁਵਿਧਾ ਅਸੀਂ ਦਿੱਤੀਆਂ, ਉਹ ਸੁਵਿਧਾ ਦਾ ਹਰ ਮਰੀਜ਼ ਨੂੰ ਲਾਭ ਪਹੁੰਚਾਉਣ। ਅਸੀਂ ਪੂਰੇ ਕਦਮ ਉਠਾਏ ਹਾਂ ਔਰ ਡਾਕਟਰ ਸਾਡੇ ਬੈਠੇ ਹੈ, ਕੰਮ ਕਰ ਰਹੇ ਹਾਂ। ਔਰ ਅਸੀਂ 1000 ਡਾਕਟਰ ਜਿਹੜਾ ਰੂਰਲ ਹੈਲਥ ਸਰਵਿਸ ਦਾ ਉਹਦੀਆਂ ਸਰਵਿਸ ਵੀ ਲੈ ਲਿੱਤੀਆਂ, ਜਿੱਥੇ ਕਿਤੇ ਲੋੜ ਪਏਗੀ ਉਹਨਾਂ ਨੂੰ ਭੇਜਾਂਗੇ। ਸਿਵਲ ਸਰਜਨ ਨੂੰ ਲਿਸਟ ਦਿੱਤੀ ਹੈ, ਪਰ ਲੇਕਿਨ ਮੋਰ ਹਸਪੀਟਲ ਦੀ ਰਿਪੋਰਟ ਇਹ ਆਈ ਹੈ ਕਿ ਕੰਮ ਉੱਥੇ ਚੱਲ ਰਿਹਾ, ਡਿਲੀਵਰੀਜ਼ ਹੋ ਰਹੀਆਂ, ਮਰੀਜ਼ ਦੇਖੇ ਜਾ ਰਹੇ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।